ਬੱਜ ਜੈ ਸੀ ਪੁੱਤ ਆ ਜਾ ਦੇਖੇ ਆ ਸੀਗਾ ਜੀ ਆ ਆ ਮੈਂ ਚੱਕਿਆ ਸੀ ਨਾ ਉਹਦੇ ਤੇ ਅਲਾਰਮ ਵੱਜ ਗਿਆ ਦੇਖੇ ਅੱਜ ਵੱਜਦਾ ਕਿ ਨਾ ਧੁੱਪ ਬਹੁਤ ਸੋਹਣੀ ਕਲੀਨ ਆ ਜਾ ਪਾ ਰਹੇ ਹੋਏ ਬਰਨ ਬਰਨ ਨਹੀਂ ਹੁੰਦਾ ਤੂੰ ਆ ਜਾ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਆਦਾਬ ਨਮਸਤੇ ਕੀ ਹਾਲ ਚਾਲ ਨੇ ਤੁਹਾਡੇ ਠੀਕ ਠਾਕ ਹੋ ਸਾਰੇ ਤੇ ਅੱਜ ਹੈਗਾ ਜੀ ਪੰਜਵਾਂ ਦਿਨ ਹੋ ਗਿਆ ਮੇਰੇ ਖਿਆਲ ਚ 9 10 11 12 13 ਹੋ ਗਏ ਚ ਪਤਾ ਨਹੀਂ ਯਾਦ ਨਹੀਂ ਚਲੋ ਤੇ ਅੱਜ ਸਾਇਦ ਬਲਵੀਰ ਘਰੇ ਆ ਜੀ ਅੱਜ ਸਾਇਦ ਡਾਕਟਰ ਨੂੰ ਕਹਿੰਦੇ ਤੁਸੀਂ ਚਲੇ ਜਾਓ ਘਰੇ ਤੇ ਆਪਾਂ ਸਵੇਰੇ ਉੱਠੇ ਤੇ ਸਾਰੇ ਕੰਮ ਨਿਬੇੜ ਲਿਆ ਗੁੱਲੀ ਨਾਲ ਜੇ ਲੇਟ ਉੱਠਿਆ 11 ਵਜੇ ਮੇਰੇ ਕੋਲ 11 ਵਜੇ ਉੱਠਿਆ ਮੈਂ ਸਾਰੇ ਭਾਂਡਾ ਟਿੰਡਾ ਸਾਂਭ ਕੇ ਕੱਪੜੇ ਕੁੱਪੜੇ ਪਾ ਕੇ ਮਸ਼ੀਨ ਚ ਧੋਣ ਵਾਲੇ ਸਾਰਾ ਸਾਫ ਸਫਾਈ ਕਰਕੇ ਘਰ ਨੂੰ ਥੋੜਾ ਠੀਕ ਠਾਕ ਕਰ ਲਿਆ ਮੈਂ ਤੇ ਹੁਣ ਮੈਂ ਸੋਚਦਾ ਥੋੜਾ ਸਮਾਨ ਲਿਆਈਏ ਆਪਾਂ ਘਰ ਨੂੰ ਸਜਾਵਾਂਗੇ ਬੁੱਬਲੇ ਬਬਲੇ ਲਿਆਈਏ ਹਾਂਜੀ ਬਤ ਆਉਣਾ ਬਤ ਆਉਣਾ ਤੇ ਹੋਰ ਕੋਈ ਸਜਾਵਟੀ ਸਮਾਨ ਜਿਹੜਾ ਉੱਪਰ ਲਿਆਵਾਂਗੇ ਇੱਕ ਦੋ ਸਮਾਨ ਮੇਰੇ ਕੋਲ ਪਿਆ ਸੀ ਉਹ ਮੈਂ ਸੈੱਟ ਕਰ ਲਿਆਗਾ ਸੈੱਟ ਤਾਂ ਨਹੀਂ ਕੀਤਾ ਬਸ ਉਹ ਤਿਆਰ ਜਿਆ ਕਰ ਲਿਆਗਾ ਤੇ ਬਾਕੀ ਹੁਣ ਮੈਂ ਜਾਊਂਗਾ ਗੁੱਲੀ ਨੂੰ ਨਾਲ ਲੈ ਕੇ ਜਾਊਂਗਾ ਤੇ ਬਾਕੀ ਦਾ ਸਮਾਨ ਆਪਾਂ ਲੈ ਕੇ ਆਉਣਾਗਾ ਠੀਕ ਹੈ ਜੀ ਤੇ ਮੈਂ ਛੇਤੀ ਛੇਤੀ ਜੀ ਅੱਜ ਉਹ ਜਿਹੜਾ ਆਪਾਂ ਝੁਰਲੂ ਜਿਹਾ ਨਹੀਂ ਫੇਰਦੇ ਹੁੰਦੇ ਉਹ ਝੁਰਲੂ ਜਿਹਾ ਫੇਰਨਾ ਭੁੱਲ ਗਿਆ ਤਾਂ ਉਹਦੇ ਚਿੱਟੇ ਚਿੱਟੇ ਦਾਗ ਜੇ ਦਿੰਦੇ ਆ ਨਾ ਧੂੜ ਮਿੱਟੀ ਜੀ ਜਿਹੜੀ ਪਈ ਹੁੰਦੀ ਆ ਪੱਗ ਤੇ ਚਲੋ ਕੋਈ ਨਾ ਇੱਕ ਅੱਧਾ ਦਿਨ ਚੱਲ ਜਾਂਦਾ ਇਹ ਇਹ ਵੀ ਭੁੱਲ ਗਿਆ ਅੱਜ ਮੈਂ ਇੱਥੇ ਤੇਲ ਵਾਲੀ ਬੋਤਲ ਕੱਲ੍ਹ ਗਲੀਨ ਨੇ ਡੋਲਤੀ ਸਾਰੀ ਸਾਰੀ ਉਹਦੇ ਵਿੱਚ ਸੈਂਕ ਦੇ ਵਿੱਚ ਸਾਰੀ ਡੋਲਤੀ ਕੁਛ ਕੁਛ ਕਰਕੇ ਸਾਰਾ ਕੁਝ ਡੋਲਤਾ ਸਾਰਾ ਤੇਲ ਖਾਲੀ ਕਰਤਾ ਨੇ ਅੱਜ ਦਾੜੀ ਤੇ ਤੇਲ ਵੀ ਨਹੀਂ ਲੱਗਿਆ ਮੇਰੇ ਤੋਂ ਕਰਤਾ ਕੰਮ ਬਈ ਚਲ ਚਲੋ ਜੀ ਆਪਾਂ ਆ ਗਿਆ ਕਿ ਸੀ ਸੈਂਟਰ ਤੇ ਇੱਥੋਂ ਆਪਾਂ ਲੈਣੇ ਆ ਹੁਣ ਘਰ ਨੂੰ ਸਜਾਉਣ ਵਾਲੀਆਂ ਚੀਜ਼ਾਂ ਤੇ ਜਿਹੜਾ ਜਿਹੜਾ ਦੇਖਦੇ ਆ ਕੀ ਚੀਜ਼ ਮਿਲਦੀ ਆ ਫਿਰ ਆਪਾਂ ਲੈ ਕੇ ਚੱਲਦੇ ਆ ਘਰ ਨੂੰ ਆ ਜਾ ਗਲੀ ਨਾ ਆ ਜਾ ਭੱਜ ਕੇ ਹਾਂ ਹੋ ਆ ਜਾ ਚਲੋ ਜੀ ਲੈਂਦੇ ਹਾਂ ਆਪਾਂ ਸਮਾਨ ਥੋੜ੍ਹਾ ਬਹੁਤਾ ਸੱਚ ਮੈਂ ਇੱਕ ਗੱਲ ਦੱਸਣੀ ਸੀ ਭੁੱਲ ਗਿਆ ਹੈ ਨਾ ਪਹਿਲਾਂ ਮੈਨੂੰ ਸਵੇਰੇ ਕਲੀਅਰ ਨਹੀਂ ਸੀਗਾ ਆ ਜਾ ਪੁੱਤ ਆ ਜਾ ਦੇਖ ਕੇ ਪਹਿਲਾਂ ਮੈਨੂੰ ਸਵੇਰੇ ਕਲੀਅਰ ਨਹੀਂ ਸੀਗਾ ਵੀ ਬਲਵੀਰ ਆਊਗੀ ਕਿ ਨਾ ਅੱਜ ਹੈ ਨਾ ਅਤੇ ਉਹਦਾ ਫੋਨ ਆ ਗਿਆ ਜੀ ਅਤੇ ਓਕੇ ਕਰਤੀ ਉਹਨਾਂ ਡਾਕਟਰਾਂ ਨੇ ਸਾਰਿਆਂ ਨੇ ਕਹਿੰਦੇ ਵੀ ਜਾਓ ਖੇਡੋ ਕਰੋ ਮੌਜਾਂ ਹੁਣ ਤੁਹਾਡਾ ਟਾਈਮ ਹੋ ਗਿਆ ਪੂਰਾ ਅਤੇ ਹੁਣ ਬਲਵੀਰ ਨੇ ਆ ਜਾਣਾ ਤਾਂ ਕਰਕੇ ਮੈਂ ਫਟਾਫਟ ਮੈਂ ਆਇਆ ਭੱਜ ਭੱਜ ਕੇ ਮੈਂ ਸਮਾਨ ਲਈਏ ਚੱਲ ਕੇ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਥੋੜ੍ਹਾ ਜਿਹਾ ਸਜਾ ਲਈਏ ਹੈ ਨਾ ਵਧੀਆ ਲੱਗਦਾ ਥੋੜ੍ਹਾ ਜਿਹਾ ਨਾ ਘੂਸਲੀ ਜਿਹਾ ਲੱਗਦਾ ਘੂਸਲੀ ਹੁੰਦਾ ਵੀ ਇੰਜੋਏ ਜਿਹਾ ਲੱਗਦਾ ਅਤੇ ਕੋਈ ਹੈ ਨਹੀਂ ਥੋੜ੍ਹਾ ਜਿਹਾ ਇੱਦਾਂ ਹੁੰਦਾ ਜਿੱਦਾਂ ਆਪਣੇ ਉੱਥੇ ਹੋ ਜਾਂਦਾ ਬੱਚੇ ਨੇ ਨਵੇਂ ਬੱਚੇ ਜਦੋਂ ਘਰ ਆਉਣਾ ਹੁੰਦਾ ਹੈ ਨਾ ਕਿੰਨਾ ਚਾਅ ਹੁੰਦਾ ਅਤੇ ਸਾਰਿਆਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਵੀ ਤੂੰ ਆਹ ਕੰਮ ਕਰਨਾ ਤੂੰ ਆਹ ਕੰਮ ਕਰ ਲਈ ਤੂੰ ਉਹ ਕੰਮ ਕਰ ਲਈ ਹੁਣ ਇੱਥੇ ਮੇਰੀ ਕੱਲ੍ਹ ਦੀ ਪਰਸੋਂ ਦੀ 4-5 ਦਿਨ ਹੋ ਗਏ ਬਸ ਰੇਲ ਬਣੀ ਪਈ ਆ ਛੋਟੇ ਮੋਟੇ ਘਰ ਦੇ ਕੰਮ ਬਾਕੀ ਹੋਰ ਕੰਮ ਸਾਰੇ ਪੂਰਾ ਪਰਾ ਹੁਣ ਇੱਧਰ ਆਉਣਾ ਸਮਾਨ ਲੈ ਕੇ ਜਾਣਾ ਯਾਨੀ ਕਿ ਬੰਦਾ ਚਾਹੁੰਦਾ ਹੈਗਾ ਵੀ ਫੁੱਲ ਇੰਜੋਏ ਕੀਤਾ ਜਾਵੇ ਪਰ ਉਹ ਗੱਲ ਨਹੀਂ ਬਣਦੀ ਬੰਦੇ ਹੋਣੇ ਚਾਹੀਦੇ ਕੋਲੇ 4-5 ਜਿਹਨਾਂ ਨੂੰ ਡਿਊਟੀਆਂ ਦਿੱਤੀਆਂ ਹੁਣ ਵੀ ਭਾਈ ਤੂੰ ਆਹ ਕਰ ਲੈ ਤੂੰ ਉਹ ਕਰ ਲਿਆ ਤਾਂ ਕਿ ਪੂਰਾ ਬੰਦਾ ਇੰਜੋਏ ਕਰ ਸਕੇ ਹੈ ਨਾ ਬਸ ਇੱਥੇ ਥੋੜ੍ਹੇ ਬਾਹਰਲੇ ਮੁਲਕਾਂ 'ਚ ਇੱਦਾਂ ਥੋੜ੍ਹੀ ਜਿਹੀ ਆਪਾਂ ਫੀਲਿੰਗ ਲੈਂਦਾ ਬੰਦਾ ਵੀ ਉਹ ਇੰਡੀਆ ਵਾਲੀ ਗੱਲ ਨਹੀਂ ਪਰ ਨਜ਼ਾਰਾ ਤਾਂ ਸਾਰੀ ਜਗ੍ਹਾ ਹੀ ਆ ਨਾ ਆ ਜਾਓ ਪੁੱਤ ਆਪਾਂ ਸਮਾਨ ਲਈਏ ਅਤੇ ਆਹ ਵਾਲੀ ਦੁਕਾਨ ਹੈ ਜਿੱਥੋਂ ਆਪਾਂ ਸਮਾਨ ਲਵਾਂਗੇ ਗੁੱਲੀ ਨਾ ਆ ਜਾ ਉੱਥੇ ਗੁੱਲੀ ਨੂੰ ਉੱਥੇ ਖੇਡਣ ਭੱਜ ਗਈ ਗੁੱਲੀ ਨਾ ਆ ਜਾ ਆਪਾਂ ਸਮਾਨ ਲੈਣਾ ਪੁੱਤ ਟਾਈਮ ਨਹੀਂ ਹੈਗਾ ਅੱਜ ਆਪਣੇ ਕੋਲ ਪੁੱਤ ਆਹ ਵਾਲੀ ਦੁਕਾਨ ਹੈ ਜੀ ਫਲਾਇੰਗ ਟਾਈਗਰ ਕੋਪਨਹਾਗਨ ਕੋਪਨਹਾਗਨ ਡੈਨਮਾਰਕ ਆ ਉੱਥੇ ਉਹ ਜਗ੍ਹਾ ਪਹਿਲਾਂ ਰਾਜਧਾਨੀ ਅਮਰੀਕਾ ਡੈਨਮਾਰਕ ਦੀ ਉਹ ਚੱਲ ਪੁੱਤ ਇੱਥੋਂ ਲੈਂਦੇ ਹਾਂ ਸਮਾਨ ਆਪਾਂ ਚਲੋ ਜੀ ਹੁਣ ਸਮਾਨ ਲੈ ਲਈਏ ਅਸੀਂ ਜਿਹੜਾ ਕੁਝ ਸਾਡੇ ਹੱਥ ਲੱਗਦਾ ਫਿਰ ਗੱਲ ਕਰਦੇ ਹਾਂ ਚਲੋ ਜੀ ਸਜਾਵਟੀ ਸਮਾਨ ਆਪਾਂ ਲੈ ਲਿਆ ਹੁਣ ਆਪਾਂ ਦੇਖਦੇ ਹਾਂ ਜੇ ਕੋਈ ਕੇਕ ਮਿਲਦਾ ਆਪਾਂ ਫਿਰ ਕੇਕ ਲੈ ਕੇ ਚੱਲਦੇ ਹਾਂ ਆਹ ਕੜੀਆ ਇਸਤੇ ਇਹ ਆਪਣੀਆਂ ਗੱਲਾਂ ਮਾਰ ਲੱਗ ਜਾਂਦੀ ਆ ਲੋਕਾਂ ਨਾਲ ਆ ਜਾ ਆ ਜਾ ਆ ਜਾ ਭੱਜ ਕੇ ਆ ਜਾ ਇਹ ਜੀਰੂ ਦੇਖ ਉਹਦੀ ਮੇਲਣ ਬਣ ਜਾਂਦੀ ਹੈ ਹਰੇਕ ਨਾਲ ਗੱਲਾਂ ਮਾਰ ਲੱਗ ਜਾਂਦੀ ਗੁੱਲੀ ਕਾ ਇੱਥੇ ਆ ਕੇ ਬੜਾ ਲੁੱਕ ਜਾਂਦੀ ਹੈ ਆ ਜਾ ਆ ਜਾ ਆਹ ਸੀ ਜੀ ਉਹ ਦੁਕਾਨ ਜਿੱਥੇ ਅਲਾਰਮ ਵੱਜਿਆ ਸੀ ਜਦੋਂ ਮੈਂ ਮੋਬਾਈਲ ਦੇਖਣ ਆਇਆ ਸੀ ਇੱਥੇ ਵੱਜਿਆ ਸੀ ਅਲਾਰਮ ਟੂ 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 ਦੇਖੀ ਗੁੱਲੀ ਨਾ ਆਇਆ ਦੇਖੀ ਅੱਜ ਵੱਜਦਾ ਆ ਜਾ ਦੇਖੀ ਟਰਾਈ ਕਰੀ ਅੱਜ ਵੀ ਵੱਜੂਗਾ ਉਹ ਮੋਬਾਈਲ ਮੈਂ ਚੱਕਿਆ ਸੀ ਉਹ ਅਲਾਰਮ ਵੱਜਿਆ ਸੀ ਪੁੱਤ ਆ ਜਾ ਦੇਖੇ ਆਹ ਸੀਗਾ ਜੀ ਆਹ ਆਹ ਮੈਂ ਚੱਕਿਆ ਸੀ ਨਾ ਉਹਦੇ ਅਤੇ ਅਲਾਰਮ ਵੱਜ ਗਿਆ ਦੇਖੀ ਅੱਜ ਵੱਜਦਾ ਕਿ ਨਾ ਉਧਰੋਂ ਅਲਾਰਮ ਵੱਜ ਗਿਆ ਉਧਰੋਂ ਗਰਲੀਨ ਭੱਜ ਲਈ ਅਗਲਾ ਕੋਈ ਚੋਰੀ ਕਰਕੇ ਭੱਜ ਲਿਆ ਬੰਦਾ ਐਂ ਤਾਂ ਪਤਾ ਨਹੀਂ ਸਾਡਾ ਬਾਂਦਰ ਆ ਜਿਹੜਾ ਉਹ ਭੱਜਿਆ ਜਾਂਦਾ
ਉਹ ਆ ਗਈ ਲੈ ਕਿੱਡੀ ਦੂਰ ਆ ਗਈ ਗੁਲੀਨ ਸਟਾਪ ਗੁਰਲੀਨ ਨੂੰ ਮਿਲ ਗਈ ਇਹਦੇ ਟੋਏ ਵਾਲੀ ਦੁਕਾਨ ਜੀ ਇੱਥੇ ਬਹੁਤ ਟਾਈਮ ਖਰਾਬ ਕਰਦੀ ਅੱਜ ਪਤਾ ਨਹੀਂ ਕਿੰਨਾ ਟਾਈਮ ਲਾਊਗੀ ਪਰ ਅੱਜ ਆਪਣੇ ਕੋਲ ਟਾਈਮ ਨਹੀਂ ਇਹਨੂੰ ਫੜ ਕੇ ਮੈਂ ਚੱਲਦਾ ਫਟਾਫਟ ਗੁਲੀਨ ਵੀ ਹਰ ਕੇ ਥੀ ਦੀ ਦਾ ਗੁਲੀਨ ਆਪਾਂ ਨੂੰ ਤਾਂ ਘਰ ਨੂੰ ਜਾਣਾ ਅੱਜ ਟਾਈਮ ਨਹੀਂ ਹੈਗਾ ਆਪਣੇ ਕੋਲੇ ਆਹ ਦੇਖੋ ਜੀ ਇੱਥੇ ਵੜ ਜਾਂਦੀ ਆ ਫਿਰ ਘੰਟਾ ਘੰਟਾ ਨਿਕਲਦੀ ਨਹੀਂ ਇੱਥੋਂ ਪੁੱਤ ਅੱਜ ਟਾਈਮ ਨਹੀਂ ਆਪਣੇ ਕੋਲੇ ਆਹ ਦੇ ਆਪਾਂ ਕੇਕ ਲੈ ਲੈਣ ਵਾਲੇ ਬਾਕੀ ਸਮਾਨ ਲੈ ਲੈ ਆਪਾਂ ਚੱਲੀਏ ਪੁੱਤ ਘਰ ਨੂੰ ਹੁਣ ਇਹ ਕੀ ਆ ਪੀਜੇ ਮਾਸਕ ਆਹਾਂ ਪੀਜੇ ਮਾਸਕ ਓਕੇ ਮੈਂ ਦੇਖਦਾ ਇੱਕ ਮਿੰਟ ਖੜ ਜਾ ਫਿਰ ਚੱਲੀਏ ਜੀ ਫਿਰ ਸਮਾਨ ਆਪਾਂ ਲੈ ਲਿਆ ਜੀ ਤੇ ਆਪਾਂ ਚੱਲਦੇ ਹੁਣ ਘਰ ਨੂੰ ਫਟਾਫਟ ਆਉਂਦੀ ਤਾਂ ਹੈ ਨਹੀਂ ਸੀ ਇਹ ਮੈਂ ਇਹਨੂੰ ਬਹਾਨੇ ਨਾਲ ਲੈ ਕੇ ਆਇਆ ਹਾਂ ਨਾ ਪਤਾ ਲੱਗ ਗਈ ਜੀ ਡਾਂਸੇ ਕਰਨ ਭਾਈ ਨਾਲ ਕਹਿੰਦੀ ਮੈਂ ਡਾਂਸੇ ਕਰਨਾ ਅੱਜ ਚੱਲ ਕਰ ਲੈ ਤੂੰ ਡਾਂਸੇ ਰੁਣ ਤੋ ਰੁਣ ਰੁਣ ਤੋ ਰੁਣ ਡਾਂਸੇ ਲਿਪ ਯਾ ਸਾਮ ਯਾ ਯਾ अपनी बस तो नहीं आई ना इक्के नो चलिए पुत्र आ दे आ दे आ जा पुत्र सीट बेल्ट लाई दिया पुत्र लोनी ना आई चलो ये पा हो गया काम अपना समान ले लिया केक ले लिया सारा पिंते कराई ले लिया जेड़ा पा सजावटी समान है वो भी ले लिया ते हुण आपां चलिया घर नूं।